ਗੁੱਡ ਮਾਰਨਿੰਗ ਬੱਚੇ ਅੱਜ ਅਸੀਂ ਬੀਰ ਕਾ ਵਿੱਚੋਂ ਜਿਹੜਾ ਸ਼ਾਹ ਮੁਹੰਮਦ ਦਾ ਜਿਹੜਾ ਜੰਗਨਾਮਾ ਕਰਾਂਗੇ ਸ਼ਾਹ ਮੁਹੰਮਦ ਜਿਹਦੀਆਂ ਸਿਰਫ ਦੋ ਹੀ ਰਚਨਾਵਾਂ ਹੈਗੀਆਂ ਵਾ ਇੱਕ ਹੈਗਾ ਸਿਸਕਾ ਸਸਤੀ ਗੁੰਨੂ ਦਾ ਤੇ ਇੱਕ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਦਾ ਬੱਚੇ ਇਹ ਜੰਗਨਾਮਾ ਜਿਹਦੇ ਵਿੱਚ ਸਿੰਘਾਂ ਸਿੱਖ ਤੇ ਫਰੰਗੀ ਅੰਗਰੇਜ਼ਾਂ ਦੇ ਜਿਹੜਾ ਆਪਸ ਵਿੱਚ ਜੋ ਲੜਾਈ ਹੋਈ ਸੀ ਉਉਦੀ ਗੱਲ ਕੀਤੀ ਗਈ ਆ ਕਿ ਕਿਵੇਂ ਪਹਿਲਾਂ ਉਹਨਾਂ ਨੇ ਲੜਾਈਵਾਰੀ ਦੀ ਜਿਹੜੀ ਤਿਆਰੀ ਕੀਤੀ ਫਿਰ ਕਿੱਦਾਂ ਉਹਨਾਂ ਨੇ ਇਹ ਜਿਹੜਾ ਸਿੰਘਾਂ ਨੇ ਅੰਗਰੇਜ਼ਾਂ ਤੇ ਚੜ੍ਹਾਈ ਕੀਤੀ ਤਾਂ ਫਿਰ ਕਿਸ ਤਰ੍ਹਾਂ ਜਿਹੜਾ ਯੁੱਧ ਜਿਹੜਾ ਹੋਇਆ ਉਹਦੇ ਨਾਲ ਜਿਹੜਾ ਨੇ ਇਹ ਜੰਗ ਨਾਮੇ ਦਾ ਜਿਹੜਾ ਐਂਡ ਕੀਤਾ ਵਾ ਸਭ ਤੋਂ ਪਹਿਲਾਂ ਹੈਗਾ ਕਿ ਸਿੰਘਾਂ ਦੀ ਜੰਗ ਲਈ ਗੁਰਮਤਾ ਗੁਰਮਤਾ ਕੀ ਉਹਨਾਂ ਨੇ ਇੱਕ ਇਕੱਠ ਕੀਤਾ ਗੁਰਮਤਾ ਪਾਸ ਕੀਤਾ ਕਿ ਕਿਸ ਤਰ੍ਹਾਂ ਸਿੰਘਾਂ ਅੰਗਰੇਜ਼ਾਂ ਤੇ ਜਿਹੜਾ ਵਾ ਸਿੰਘਾਂ ਨੇ ਚੜ੍ਹਾਈ ਕਰਨੀ ਆ ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ ਚਲੋ ਹੁਣ ਫਰੰਗੀਆਂ ਨੂੰ ਮਾਰੀਏ ਜੀ ਕਿ ਸਾਰੇ ਆ ਸਿੰਘਾਂ ਨੇ ਬੈਠ ਕੇ ਜਿਹੜਾ ਫੈਸਲਾ ਕੀਤਾ ਕਿ ਉਹਨਾਂ ਨੂੰ ਲੱਗਾ ਕਿ ਜਿਹੜਾ ਅੰਗਰੇਜ਼ ਆ ਸਾਡੇ ਤੇ ਜਿਹੜਾ ਇਉਂ ਚੜਾਈ ਕਰਨ ਬਾਰੇ ਸੋਚ ਰਿਹਾ ਤਾਂ ਸਿੰਘਾਂ ਨੇ ਪਹਿਲਾਂ ਹੀ ਬੈਠ ਕੇ ਫੈਸਲਾ ਕਰ ਲਿਆ ਕਿ ਮਤਾ ਪਾਸ ਕੀਤਾ ਕਿ ਚਲੋ ਸਾਰੇ ਆਪਾਂ ਰਲ ਕੇ ਅੰਗਰੇਜ਼ਾਂ ਨੂੰ ਜਾਂ ਫਰੰਗੀਆਂ ਨੂੰ ਜਿਹੜਾ ਵਾ ਮਾਰੀਏ ਉਹਨਾਂ ਦੇ ਉੱਤੇ ਜਿਹੜਾ ਵਾ ਚੜਾਈ ਕਰੀਏ ਇੱਕ ਵਾਰ ਜੇ ਸਾਹਮਣੇ ਉਹ ਇਹ ਸਾਡੇ ਇੱਕ ਘੜੀ ਵਿੱਚ ਮਾਰ ਉਖਾੜੀਏ ਜੀ ਜੇ ਇੱਕ ਵਾਰ ਵੀ ਉਹ ਸਾਡੇ ਸਾਹਮਣੇ ਆ ਗਏ ਅੰਗਰੇਜ਼ ਤਾਂ ਉਹਨਾਂ ਨੂੰ ਆਪਾਂ ਇੱਕ ਮਿੰਟ ਵਿੱਚ ਜਾਂ ਇੱਕ ਘੜੀ ਵਿੱਚ ਜੜਾਵਾ ਮਾਰ ਕੇ ਉਖਾੜ ਦਈਏ ਉਹਨਾਂ ਦੀਆਂ ਜੜਾਂ ਨੂੰ ਕੁੱਟ ਦਈਏ ਵਿੱਚ ਕਿ ਉਹਨਾਂ ਨੂੰ ਮਾਰ ਦਈਏ ਬੀਰ ਸਿੰਘ ਜਿਹਾ ਅਸੀਂ ਨਹੀਂ ਛੱਡੇ ਅਸੀਂ ਕਾਸ ਤੇ ਉਸ ਤੋਂ ਹਾਰੀਏ ਜੀ ਬੀਰ ਜਿਹਾ ਜੜੇ ਭਾਈ ਵੀਰ ਜਿਹਾ ਜੜੇ ਬਹਾਦਰ ਹੀ ਅਸੀਂ ਉਹਨਾਂ ਨੂੰ ਨਹੀਂ ਛੱਡਿਆ ਉਹਨਾਂ ਨੂੰ ਮਾਰ ਉਖਾੜਿਆ ਹੀ ਤੇ ਕਹਿੰਦਾ ਫਿਰ ਅਸੀਂ ਇਹ ਆਕਾਸ਼ 'ਤੇ ਇਹਨਾਂ ਤੋਂ ਹੀ ਕਿਉਂ ਹਾਰੀਏ ਫਿਰ ਆਪਾਂ ਇਹਨਾਂ ਜਿਹੇ ਜਿਹੜਾ ਅੰਗਰੇਜ਼ਾਂ ਤੋਂ ਕਿਉਂ ਹਾਰ ਖਾਈਏ ਸ਼ਾਹ ਮੁਹੰਮਦ ਮਾਰ ਕੇ ਲੁਧਿਆਣਾ ਫੌਜ ਦਿੱਲੀ ਤੇ ਦੇ ਵਿੱਚ ਉਤਾਰੀਏ ਜੀ ਕਿ ਇਹਦੇ ਵਿੱਚ ਕਹਿੰਦਾ ਕਿ ਸ਼ਾਹ ਮੁਹੰਮਦ ਕਹਿੰਦੇ ਕਿ ਸਭ ਤੋਂ ਪਹਿਲਾਂ ਜਿਹੜਾ ਆਪਾਂ ਕੀਆ ਲੁਧਿਆਣੇ ਨੂੰ ਜਿੱਤਣਾ ਵਾ ਫਿਰ ਆਪਣੀ ਫੌਜਾਂ ਜਿਹੜੀਆਂ ਦਿੱਲੀ ਵੱਲ ਜਿਹੜੀਆਂ ਲੈ ਕੇ ਜਾਣੀਆਂ ਵਾ ਦੂਸਰਾ ਹੈਗਾ ਬੱਚੇ ਪੈਰਾ ਸਿੰਘਾਂ ਦੀ ਚੜਤ ਪੀ ਸਿੰਘਾਂ ਨੇ ਕਿਸ ਤਰ੍ਹਾਂ ਉਹਨਾਂ ਵੱਲ ਜਿਹੜਾ ਕੂਚ ਕੀਤਾ ਕਿਵੇਂ ਚੜਾਈ ਕੀਤੀ ਤੋ ਸਾ ਵਜਿਆ ਕੂਚ ਦਾ ਹੁਕਮ ਹੋਇਆ ਚੜੇ ਸੂਰਮੇ ਸਿੰਘ ਦਲੇਰ ਮੀਆਂ ਤੋਸਾ ਪੀ ਨਗਾਰਾ ਵਜਿਆ ਨਗਾਰਾ ਵਜਾਇਆ ਜਾਂਦਾ ਸੀ ਫਿਰ ਅੱਗੇ ਜਿਹੜਾ ਜੁੱਦ ਵਾਸਤੇ ਜਿਹੜਾ ਕੂਚੋ ਕੀਤਾ ਜਾਂਦਾ ਸੀ ਚਾਲੇ ਪਾਏ ਜਾਂਦੇ ਸੀ ਸਿੰਘਾਂ ਨੇ ਸਭ ਤੋਂ ਪਹਿਲਾਂ ਨਗਾਰਾ ਵਜਾਇਆ ਤੇ ਜੜਾ ਵਾ ਵਜਿਆ ਤੇ ਕੂਚ ਪਿੱਛੇ ਚੜਾਈ ਕਰਨ ਦਾ ਜਾਂ ਜੁੱਦ ਦਾ ਜਿਹੜਾ ਹੁਕਮ ਹੋਇਆ ਚੜੇ ਸੂਰਮੇ ਸਿੰਘ ਦਲੇਰ ਮੀਆਂ ਕਿ ਜਿਹੜੇ ਸੂਰਮੇ ਬਹਾਦਰ ਜਿਹੜੇ ਹੀ ਦਲੇਰ ਉਹ ਜਿਹੜਾ ਜੁੱਦ ਲਈ ਜਿਹੜਾ ਤਿਆਰ ਹੋ ਗਏ ਚੜੇ ਪੁੱਤਰ ਸਰਦਾਰਾਂ ਦੇ ਸ਼ੈਲਵਾਂ ਕੇ ਲੰਮੇ ਜਵਾਨ ਜਿਹੜੇ ਸਰਦਾਰਾਂ ਦੇ ਪੋਤਾ ਉਹ ਜਿਹੜੇ ਆ ਜੋਧ ਲਈ ਜਿਹੜੇ ਤਿਆਰ ਹੋ ਗਏ ਜੈਸੇ ਬੇਲਿਓ ਨਿਕਲਦੇ ਸ਼ੇਰ ਮੀਆ ਜਿਸ ਤਰ੍ਹਾਂ ਜਿਹੜਾ ਵਾ ਸ਼ੇਰ ਜਿਹੜਾ ਵਾ ਨਿਕਲਦਾ ਇਸ ਤਰ੍ਹਾਂ ਜਿਹੜਾ ਵਾ ਸਿੰਘ ਜਿਹੜਾ ਤਿਆਰ ਬਰ ਤਿਆਰ ਹੋ ਕੇ ਜਿਹੜਾ ਵਾ ਲੜਾਈ ਵਾਸਤੇ ਜਿਹੜਾ ਉਹ ਨਿਕਲ ਗਏ ਜਿਹੜੇ ਸਭ ਮੈ ਜੈਲ ਦੁਆਬੀ ਹੈ ਜੀ ਮੈ ਜੈਲ ਕੀ ਮਾਚੇ ਦੇ ਰਹਿਣ ਵਾਲੇ ਦੁਆਬੇ ਦੇ ਰਹਿਣ ਵਾਲੇ ਸਭ ਜਿਹੜਾ ਵਾ ਲੜਾਈ ਵਾਸਤੇ ਜਿਹੜਾ ਤਿਆਰ ਸਨ ਚੜਾਈ ਵਾਸਤੇ ਤਿਆਰ ਸਨ ਜਿੰਨਾ ਕਿਲੇ ਨਿਵਾਏ ਸੀ ਢੇਰ ਮੀਆਂ ਜਿੰਨਾਂ ਨੇ ਬਹੁਤ ਸਾਰੇ ਜਿਹੜੇ ਕਿਲਿਆਂ ਨੂੰ ਜਿਹੜਾ ਜਿੱਤਿਆ ਹੋਇਆ ਸੀ ਠੀਕਾ ਵੱਡੇ ਵੱਡੇ ਕਿਲਿਆਂ ਨੂੰ ਉਹਨਾਂ ਨੇ ਜਿਹੜਾ ਵਾ ਉਹਨਾਂ ਤੇ ਜਿੱਤ ਪ੍ਰਾਪਤ ਕੀਤੀ ਸੀ ਸ਼ਾਹ ਮੁਹੰਮਦ ਤੁਰੇ ਚੰਬੂਰਖਾਨੇ ਹੋਇਆ ਹੁਕਮ ਨਾਲ ਲਾਭਦੇ ਢੇਰ ਮੀਆਂ ਸ਼ਾਹ ਮੁਹੰਮਦ ਵਿੱਚ ਚੰਬੂਰਖਾਨੇ ਬੱਚੇ ਜਿਹਦੇ ਉਠਾਂ ਤੇ ਜੜੀਆਂ ਤੋਪਾਂ ਲੱਦੀਆਂ ਜਾਂਦੀਆਂ ਸੀ ਉਸ ਨੂੰ ਚੰਬੂਰਖਾਨਾ ਕਿਹਾ ਜਾਂਦਾ ਸੀ ਉਹਨਾਂ ਨੇ ਉਠਾਂ ਤੇ ਆਪਣੇ ਜਿਹੜਾ ਵਾ ਤੋਪਾਂ ਜੜੀਆਂ ਉਹ ਲੱਦ ਲਈਆਂ ਤੇ ਜਿਹੜਾ ਜੋਦ੍ਹ ਵਾਸਤੇ ਜਿਹੜਾ ਉਹ ਤੁਰ ਪਏ ਤੇ ਹੁਕ ਜਦੋਂ ਉਹਨਾਂ ਨੂੰ ਲੜਾਈ ਵਾਦ ਦਾ ਜਾਂ ਜੁਦ੍ਹ ਦਾ ਹੁਕਮ ਹੋਇਆ ਤਾਂ ਉਹਨਾਂ ਨੇ ਇੱਕ ਮਿੰਟ ਨਹੀਂ ਲਾਈ ਸਾਰੇ ਜਿਹੜਾ ਤਿਆਰ ਬਰ ਤਿਆਰ ਹੋ ਕੇ ਜਿਹੜਾ ਤੁਰ ਪਏ ਠੀਕ ਹੈ ਬੱਚੇ ਥੈਂਕ ਯੂ